ਆਣਗੀ ਮੰਡਲ ਤੇ ਬੈਠੇ ਉੱਚ ਕੋਟੀ ਦੇ ਵਿਦਵਾਨ ਤੇ ਪੰਡਾਲ ਵਿੱਚ ਬੈਠੇ ਸਮਾਜ ਦੇ ਚਾਨਣ ਮਨਾਰੇ ਅਖੀਰ ਵਿੱਚ ਬੋਲਣ ਦਾ ਫਾਇਦਾ ਹੁੰਦਾ ਕਿ ਜ਼ਿਆਦਾਤਰ ਗੱਲਾਂ ਪੂਰੀਆਂ ਹੋ ਗਈਆਂ ਹੁੰਦੀਆਂ ਨੇ ਪਰ ਇਸ ਪੰਡਾਲ ਵਿੱਚ ਜੋ ਤੁਸੀਂ ਬੈਠੇ ਹੋ ਤੁਹਾਨੂੰ ਮੈਂ ਕੀ ਤੁਹਾਡੇ ਨਾਲ ਗੱਲ ਕਰਾਂ ਕਿਉਂਕਿ ਤੁਹਾਡੇ ਤੋਂ ਮੈਂ ਸਭ ਕੁਝ ਸਿੱਖਦਾ ਬੜਾ ਈਜ਼ੀ ਹੁੰਦਾ ਜੀ ਰੇਡੀਓ ਤੇ ਬੈਠ ਕੇ ਟੈਲੀਵਿਜ਼ਨ ਤੇ ਬੈਠ ਕੇ ਗੱਲਾਂ ਕਰਨੀਆਂ ਪਰ ਵਿਦਵਾਨਾਂ ਦੇ ਸਾਹਮਣੇ ਕੋਈ ਗੱਲ ਕਰਨੀ ਇੱਕ ਵੱਖਰਾ ਸਿਸਟਮ ਹੁੰਦਾ ਹੈ ਲੇਕਿਨ ਕੋਸ਼ਿਸ਼ ਕਰਾਂਗਾ ਕਿ ਮੈਂ ਉੱਥੋਂ ਤੱਕ ਉਤਰ ਸਕਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਸ ਨੂੰ ਮੈਂ ਅਸੀਂ ਆਮ ਤੌਰ ਤੇ ਕਹਿੰਦੇ ਆ ਕਿ ਸਿੱਖਿਜ਼ਮ ਇੱਕ ਸਾਇੰਟਿਫਿਕ ਰਿਲੀਜੀਅਨ ਹੈਗਾ ਤੇ ਇਸ ਨੂੰ ਮੈਂ ਸਾਇੰਸ ਨਾਲ ਜੋੜ ਕੇ ਕੁਝ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸੋ ਤਿੰਨ ਹਿੱਸਿਆਂ ਵਿੱਚ ਮੈਂ ਵੰਡਾਂਗਾ ਇਸ ਨੂੰ ਮਨ ਕੀ ਹੈ ਕੀ ਅਸਲ ਵਿੱਚ ਸੋ ਜਦੋਂ ਅਸੀਂ ਮਨ ਦੀ ਗੱਲ ਕਰਦੇ ਆ ਤਾਂ ਮਨ ਨੂੰ ਅਸੀਂ ਦੋ ਹਿੱਸਿਆਂ 'ਚ ਡਿਵਾਈਡ ਕਰਦੇ ਆ ਕੌਨਸ਼ੀਅਸ ਐਂਡ ਅਨਕੌਨਸ਼ੀਅਸ ਮਾਈਂਡ ਕੌਨਸ਼ੀਅਸ ਹੈ ਚੇਤਨਮਨ ਤੇ ਸਬਕੌਨਸ਼ੀਅਸ ਹੈ ਅਵਚੇਤਨਮਨ ਕੌਨਸ਼ੀਅਸ ਮਾਈਂਡ ਜਿਹੜਾ ਹੈਗਾ ਉਸਦੀ 10% ਪਾਵਰ ਹੈਗੀ ਏ ਉਹ ਬੌਸ ਹੈਗਾ ਸਾਨੂੰ ਚਲਾਉਂਦਾ ਹੈ ਜਦੋਂ ਅਸੀਂ ਜਾਗ ਰਹੇ ਹੁੰਨੇ ਤਦ ਹੀ ਸਿਰਫ ਇਹ ਕੰਮ ਕਰਦਾ ਹੈ ਇਹ ਸੋਚ ਸਕਦਾ ਹੈ ਐਨਲਾਈਜ਼ ਕਰ ਸਕਦਾ ਹੈ ਇਹ ਹਿਊਮਨ ਮਾਈਂਡ ਹੈ ਇਸ ਦੀ ਲਿमिटेड ਪਾਵਰ ਹੈ ਤੇ ਇੱਕ ਆਊਟਰ ਮਾਈਂਡ ਹੈ ਜਦ ਕਿ ਸਬਕੌਨਸ਼ੀਅਸ ਜਿਹੜਾ ਹੈਗਾ ਇਸ ਦੇ ਵਿੱਚ 90% ਪਾਵਰ ਹੈਗੀ ਹੈ ਅਵਚੇਤਨ ਮਨ ਦੇ ਵਿੱਚ ਉਹ ਸਾਡਾ ਸਰਵੈਂਟ ਹੈਗਾ ਅਸੀਂ ਉਸ ਨੂੰ ਡਿਕਟੇਟ ਕਰ ਸਕਨੇ ਆ 24 ਘੰਟੇ ਕੰਮ ਕਰਦਾ ਹੈ ਆਪਣੇ ਆਪ ਸੋਚ ਨਹੀਂ ਸਕਦਾ ਜੋ ਅਸੀਂ ਡਾਇਰੈਕਟ ਕਰਦੇ ਹਾਂ ਇਸ ਨੂੰ ਉਹੀ ਡਾਇਰੈਕਟ ਹੋ ਸਕਦਾ ਹੈ ਕ੍ਰੀਏਟਿਵ ਮਾਈਂਡ ਹੈ ਤੇ ਡਿਵਾਈਨ ਮਾਈਂਡ ਹੈ ਤੇ ਉਸ ਦੇ ਨਾਲ ਨਾਲ ਹੈਜ਼ ਅਨਲਿमिटेड ਪਾਵਰ ਤੇ ਸਾਡਾ ਇਨਰ ਮਾਈਂਡ ਹੈ ਹੁਣ ਮਨ ਦੀ ਜਦੋਂ ਅਸੀਂ ਗੱਲ ਕਰਨਿਆਂ ਉਸ ਦੇ ਵਿੱਚ ਚੇਤਨ ਤੇ ਅਵਚੇਤਨ ਦੀ ਤਾਂ ਅਸੀਂ ਗੱਲ ਕਰ ਲਈ ਪਰ ਕਿੰਨਾ ਕੁ ਅਸੀਂ ਸਬਕੌਨਸ਼ੀਅਸ ਮਾਈਂਡ ਜਿਹੜਾ ਉਸ ਦਾ ਇਸਤੇਮਾਲ ਕਰਦੇ ਹਾਂ ਇਹ ਅੱਜ ਇਸ ਦੇ ਉੱਤੇ ਥੋੜਾ ਜਿਹਾ ਮੈਂ ਫੋਕਸ ਕਰਾਂਗਾ ਕਿਹਾ ਜਾਂਦਾ ਵਾਟਐਵਰ ਦਾ ਮਾਈਂਡ ਕੈਨ ਕਨਸੀਵ ਐਂਡ ਬਿਲੀਵ ਇਟ ਕੈਨ ਅਚੀਵ ਇਹ ਅਸੀਂ ਆਮ ਤੌਰ ਤੇ ਕਹਿੰਨੇ ਕਿ ਜੋ ਸੋਚ ਲਈ ਅਸੀਂ ਅਸੀਂ ਉਸ ਨੂੰ ਪੂਰਾ ਕਰ ਸਕਨੇ ਆ ਤੇ ਜੋ ਚੀਜ਼ ਤੇ ਸਾਡਾ ਵਿਸ਼ਵਾਸ ਹੋਏ ਉਸ ਨੂੰ ਅਸੀਂ ਪੂਰਨ ਤੌਰ ਦੇ ਉੱਤੇ ਮੁਕੰਮਲ ਵੀ ਕਰ ਸਕਨੇ ਆ ਇੱਕ ਬੜਾ ਵਧੀਆ ਕਨਸੈਪਟ ਜਿਹੜਾ ਸਾਨੂੰ ਗੁਰੂ ਨੇ ਦਿੱਤਾ ਉਹ ਹੈ ਚੜਦੀ ਕਲਾ ਦਾ ਕਨਸੈਪਟ ਹਮੇਸ਼ਾ ਹੀ ਚੜਦੀ ਕਲਾ ਵਿੱਚ ਰਹਿਣਾ ਦੁੱਖ ਹੋਵੇ ਸੁੱਖ ਹੋਵੇ ਉਸ ਦੀ ਰਜ਼ਾ ਵਿੱਚ ਜੀਣਾ ਪਰ ਕਿੰਨਾ ਕੁ ਅਸੀਂ ਉਸ ਵਿੱਚ ਜੀਨੇ ਆ ਇਹ ਸਾਨੂੰ ਵੀ ਪਤਾ ਹੈਗਾ ਜਦੋਂ ਅਸੀਂ ਗੱਲ ਕਰਨੇ ਆ ਪੋਜ਼ਿਟਿਵ ਮਾਈਂਡ ਸੈਟ ਦੀ ਉਸ ਦੇ ਵਿੱਚ ਚੜਦੀ ਕਲਾ ਆ ਗਈ ਲੇਕਿਨ 네ਗੇਟਿਵ ਮਾਈਂਡ ਸੈਟ ਹੈ ਰੈਜ਼ੈਂਟਮੈਂਟ ਜੈਲਸੀ ਖੈਰ ਵੈਰ ਕਿਸੇ ਨਾ ਲੋਭ ਹਉਮੇ ਕ੍ਰੋਧ ਕ੍ਰੋਧ ਵੀ ਅਗੇਨ ਜਦੋਂ ਅਸੀਂ ਗੱਲ ਕਰਦੇ ਆ ਵਧੀਆ ਗੱਲ ਹੈ ਕ੍ਰੋਧ ਵੀ ਹੋਣਾ ਚਾਹੀਦਾ ਕਿਉਂਕਿ ਕ੍ਰੋਧ ਨਹੀਂ ਹੋਏਗਾ ਤਾਂ ਅਸੀਂ ਫਰਦਰ ਅੱਗੇ ਪ੍ਰੋਗਰੈਸ ਨਹੀਂ ਕਰ ਸਕਦੇ ਕਿਉਂਕਿ ਅਸੀਂ ਜ਼ਮੀਰ ਨੂੰ ਜਾ ਰੱਖਣ ਵਾਸਤੇ ਸੋਰੀ ਮੈਂ ਨਾ ਜੀ ਐਨਕ ਪਾਈਏ ਪਹਿਲੀ ਵਾਰੀ ਇਸ ਲਈ ਮੈਂ ਕਦੀ ਵੀ ਪੜ੍ਹ ਕੇ ਨਹੀਂ ਫੜਦਾ ਮੈਨੂੰ ਮੇਰੀ ਮੈਸੇਜ ਨੇ ਕਿਹਾ ਕਿ ਐਤ ਕੀ ਲਿਖ ਕੇ ਲੈਣਾ ਤੇ ਗੱਲ ਕਰਨੀ ਹੈ ਸੋ ਉਹ ਦੇਖਣ ਥੋੜੀ ਜੀ ਇਸ਼ੂ ਆ ਰਿਹਾ ਹੈ ਕਿਉਂਕਿ ਐਨਕ ਪਹਿਲੀ ਵਾਰੀ ਪਾ ਰਿਹਾ ਮੈਂ ਕਮਿੰਗ ਇਨਟੂ ਦੈਟ ਏਜ ਬਿਲਕੁਲ ਸੋ ਪੋਜ਼ਿਟਿਵ ਜਦੋਂ ਅਸੀਂ ਕਹਿੰਦੇ ਆ ਪੋਜ਼ਿਟਿਵ ਮਾਈਂਡ ਸੈਟ ਕੀ ਹੈਗਾ ਐਮਪੈਥੀ ਤੇ ਸਿੰਪੈਥੀ ਦੀ ਅਸੀਂ ਗੱਲ ਕਰਦੇ ਆ ਅਸੀਂ ਹਮੇਸ਼ਾ ਸਿੰਪੈਥਾਈਜ਼ ਕਿਸੇ ਨਾਲ ਕਰਦੇ ਆ ਪਰ ਐਮਪੈਥੀ ਨਹੀਂ ਕਰਦੇ ਐਮਪੈਥੀ ਦਾ ਕੀ ਮਤਲਬ ਹੈਗਾ ਕਿ ਜੇਕਰ ਕੋਈ ਸਮੱਸਿਆ ਕਿਸੇ ਕੋਲ ਅੱਜ ਹੈਗੀ ਅੱਜ ਮੈਂਟਲ ਹੈਲਥ ਕ੍ਰਾਈਸਿਸ ਇਜ਼ ਅ ਮੇਜਰ ਕ੍ਰਾਈਸਿਸ ਇਨ ਦ ਵਰਲਡ ਟੂਡੇ ਕੀ ਕਾਰਨ ਹੈਗਾ ਸਭ ਕੁਝ ਹੋਣ ਦੇ ਬਾਵਜੂਦ ਅੱਜ ਸਮੱਸਿਆ ਕੀ ਆ ਰਹੀ ਏ ਕਿ ਅਸੀਂ ਸਮਾਂ ਨਹੀਂ ਕੱਢ ਰਹੇ ਦੂਸਰੇ ਵਾਸਤੇ ਸਮਝ ਨਹੀਂ ਕਰਦੇ ਆਪਣੇ ਵਾਸਤੇ ਤੇ ਛੱਡੋ ਕੀ ਕੱਟਣਾ ਆ ਸੀ ਉਸ ਦੇ ਨਾਲ ਨਾਲ ਅਸੀਂ ਅਨਸੈਟੀਸਫਾਈਡ ਹੈ ਗਏ ਆ ਕੰਪੈਸ਼ਨ ਦਾ ਜਿਹੜਾ ਜਿਗਰ ਹੈ ਸਾਡਾ ਉਹ ਕਿੰਨਾ ਕੋਈ ਅਸੀਂ ਇੱਥੇ ਸਾਨੂੰ ਪਤਾ ਹੈ ਟਰੂਥਫੁਲਨੈਸ ਦੀ ਜਦੋਂ ਅਸੀਂ ਗੱਲ ਕਰਦੇ ਆ ਉਹ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਬਿਕਾਜ਼ ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰਿਆ ਗੁਰੂ ਸਾਹਿਬ ਤਾਂ ਕਹਿੰਦੇ ਨੇ ਟਰੂਥ ਇਜ਼ ਹਾਈ ਬਟ ਹਾਇਰ ਸਟਿਲ ਇਜ਼ ਟਰੂਥਫੁਲ ਲਿਵਿੰਗ ਅਸੀਂ ਸੈਮੀਨਾਰਸ ਅਸੀਂ ਹੋਰ ਥਾਵਾਂ ਦੇ ਉੱਤੇ ਵੱਡੇ ਵੱਡੇ ਲੈਕਚਰ ਦੇ ਦਿੰਨੇ ਆ ਅਰਜੋ ਤਾਂ ਸਾਡੇ ਸਿਰ ਤੇ ਪੈਂਦੀ ਅਸੀਂ ਕਿੱਥੇ ਖਲੋਣੇ ਆ ਵੀ ਨੀਡ ਟੂ ਐਨਲਾਈਜ਼ ਥੈਟ ਉਹ ਬਹੁਤ ਜ਼ਰੂਰੀ ਹੈਗਾ ਸੁਖੀ ਬਾਜੀ ਨੇ ਗੱਲ ਕੀਤੀ ਇਹ ਸਮਾਗਮ ਜਿਹੜਾ ਕਰਵਾਇਆ ਮੈਂ ਉਹੀ ਚਿਹਰੇ ਦੇਖ ਰਿਹਾ ਜਿਹੜਾ ਮੈਂ ਹਮੇਸ਼ਾ ਦੇਖਣਾ ਐਕਸੈਪਟ ਫੋਰ ਜਿਹੜੇ ਸਾਡੇ ਮਹਿਮਾਨ ਬਾਹਰੋਂ ਆਏ ਨੇ 2 ਮਹੀਨਿਆਂ ਤੋਂ ਰੇਡੀਓਜ਼ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਅਪੀਲ ਕਰ ਰਹੇ ਹਾਂ ਕਮਿਊਨਿਟੀ ਨੂੰ ਕਿ ਆਓ ਇੱਕ ਮੌਕਾ ਹੈਗਾ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਕਿਉਂਕਿ ਜਦ ਤੱਕ ਵਿਚਾਰ ਵਟਾਂਦਰਾ ਨਹੀਂ ਹੋਏਗਾ ਤਦ ਤੱਕ ਅਸੀਂ ਪ੍ਰੋਗਰੈਸ ਨਹੀਂ ਕਰ ਸਕਦੇ ਲੇਕਿਨ ਅੱਜ ਕਿੰਨੇ ਕੁ ਅਸੀਂ ਇੱਥੋਂ ਕਮਿਊਨਿਟੀ ਚੋਂ ਲੋਕ ਦੇਖ ਰਹੇ ਹਾਂ ਹਾਂ ਟਾਕ ਸ਼ੋਅ ਦੇ ਉੱਤੇ ਇਹ ਖਰਾਬ ਹੋ ਰਿਹਾ ਹੈ ਉਹ ਖਰਾਬ ਹੋ ਰਿਹਾ ਹੈ ਬਹੁਤ ਕੌਲਾਂ ਆਂਦੀਆਂ ਨੇ ਲੇਕਿਨ ਜਦੋਂ ਕੁਝ ਕਰਨ ਦੀ ਗੱਲ ਆਂਦੀ ਏ ਕਿਉਂ ਅਸੀਂ ਪਿੱਛੇ ਹਟ ਜਾਂਦੇ ਹਾਂ ਅੱਜ ਸਾਨੂੰ ਸਮਾਂ ਇਹ ਮੰਗਰਦਾ ਕਿ ਅਸੀਂ ਇਸ ਚੀਜ਼ ਤੇ ਫੋਕਸ ਜ਼ਰੂਰ ਕਰੀਏ ਯੂਥ ਦਾ ਸੁਖੀ ਬਾਜੀ ਨੇ ਜ਼ਿਕਰ ਕੀਤਾ ਵੇਅਰ ਇਜ਼ ਦਾ ਯੂਥ ਟੂਡੇ ਵਾਈ ਥੇ ਡੋਨਟ ਕਮ ਬਿਕਾਜ਼ ਥੇ ਡੋਨਟ ਹੈਵ ਫੇਥ ਔਨ ਅਸ ਐਕਸੈਪਟ ਫਾਰ ਅ ਫਿਊ ਪੀਪਲ ਹੂ ਆਰ ਸੈਟਿੰਗ ਔਰ ਰੇਜ਼ਿੰਗ ði ਹੈਂਡਸ दे डोंट हैव फेथ ऑन अस ਸਾਡੇ ਤੇ ਉਹ ਵਿਸ਼ਵਾਸ ਨਹੀਂ ਕਰਦੇ ਕਿਉਂ ਕਿਉਂਕਿ ਜੋ ਅਸੀਂ ਗੁਰਦੁਆਰਿਆਂ ਮੰਦਰਾਂ ਚ ਕਰਦੇ ਆ ਅਸੀਂ ਕਹਿੰਦੇ ਜੀ ਬੱਚੇ ਜਾਂਦੇ ਨੇ ਉੱਥੇ ਕਿਉਂ ਜਾਣ ਕਿਉਂਕਿ ਅਸੀਂ ਸਤਾ ਅਸੀਂ ਸਿਆਸਤ ਦੇ ਅਖਾੜੇ ਬਣਾ ਦਿੱਤੇ ਸਿਆਸਤ ਮਾੜੀ ਨਹੀਂ ਗੁਰੂ ਸਾਹਿਬ ਨੇ ਵੀ ਸਿਆਸਤ ਨੂੰ ਧਰਮ ਨਾਲ ਜੋੜਿਆ ਪਰ ਧਰਮ ਪਹਿਲ ਸੀ ਤੇ ਧਰਮ ਹੈ ਕੀ ਧਰਮ ਤਾਂ ਇੱਕ ਜੀਵਨ ਜਾਚ ਹੈ ਪਰ ਅਸੀਂ ਉਸ ਨੂੰ ਸਿਰਫ ਰਸਮਾਂ ਚ ਤਬਦੀਲ ਕਰ ਦਿੱਤਾ ਸੋ ਗੁਰੂ ਸਾਹਿਬ ਕਹਿ ਰਹੇ ਨੇ ਇਹ ਮਨ ਤੂੰ ਜੋਤ ਸਰੂਪ ਹੈ ਹੁਣ ਜੋਤ ਕੀ ਹੁੰਦੀ ਹੈ ਜੋਤ ਹੈਗੀ ਜੀ ਚਾਨਣ ਦਿੰਦੀ ਹੈ ਸਾਨੂੰ ਜੋਤ ਹਨੇਰਾ ਖਤਮ ਕਰਦੀ ਹੈ ਇਟਸ ਐਨ ਇੰਬੋਡੀਮੈਂਟ ਆਫ ਦਾ ਡਿਵਾਈਨ ਲਾਈਟ ਵੀ ਆਰ ਇੰਬੋਡੀਮੈਂਟ ਆਫ ਦਾ ਡਿਵਾਈਨ ਲਾਈਟ ਵੈਨ ਵੀ ਸੇ ਵਾਟ ਇਜ਼ ਗੋਡ ਆਈ ਸੇ ਵੀ ਆਰ ਗੋਡ ਬਿਕਾਜ਼ ਇਫ ਵੀ ਫਾਲੋ ਦਾ ਪੋਲਿਸੀਜ਼ ਐਂਡ ਦਾ ਪ੍ਰਿੰਸੀਪਲਸ ਆਫ ਗੋਡ ਵੀ ਆਰਸੈਲਵਜ਼ ਆ ਗੋਡ ਗੋਡਲੀਨੈਸ ਜਿਹੜੀ ਹੈ ਜਦੋਂ ਅਸੀਂ ਆਪਣੇ ਅੰਦਰ ਲਿਆਵਾਂਗੇ ਅਸੀਂ ਰੋਜ਼ ਪਾਠ ਕਰਦੇ ਆ ਸੂਰੇ ਜਪਜੀ ਸਾਹਿਬ ਦਾ ਨਿਰਭਉ ਨਿਰਵੈਰ ਤੇ ਸੁਖੀ ਬਾਜੀ ਨੇ ਜੋ ਸ਼ੁਰੂ ਗੱਲ ਕੀਤੀ ਮੈਂ ਹੈਰਾਨ ਸੀ ਕਿ ਜੇਕਰ ਅੱਜ ਕਿਸੇ ਨੂੰ ਅਸੀਂ ਕੁਝ ਕਰਨਾ ਚਾਹੀਏ ਤੇ ਬਾਈ ਚਾਂਸ ਨਾ ਬੁਲਾਏ ਤਾਂ ਵੈਰ ਚ ਪੈ ਜਾਂਦੀਆਂ ਗੱਲਾਂ ਅੱਜ ਕਿੱਥੇ ਖਲੋ ਰਹੇ ਆ ਅਸੀਂ ਬਾਣੀ ਸਾਡੀ ਲੇਗੇਸੀ ਏ ਸਾਨੂੰ ਮਾਂ ਨੇ ਉਸ ਦਿੱਤੇ ਪਰ ਇਹ ਮਾਨ ਕਦ ਤੱਕ ਕੰਟੀਨਿਊ ਰਹੇਗਾ ਟਾਈਮ ਹੈਜ਼ ਕਮ ਵੀ ਨੀਡ ਟੂ ਸਟਾਰਟ ਟਾਕਿੰਗ ਵਾਟ ਇਜ਼ ਹੈਪਨਿੰਗ ਵਿਦ ਅਸ ਇਨ ਦ ਸੋਸਾਇਟੀ ਆਸਪਾਸ ਕੀ ਚੱਲ ਰਿਹਾ ਹੈ ਅੱਜ ਸਰੀ ਵਿੱਚ ਮਾਹੌਲ ਬੜਾ ਗਰਮ ਹੋਇਆ ਪਿਆ ਜੀ ਇਲੈਕਸ਼ਨਾਂ ਦਾ ਦੌਰ ਹੈ ਅਤੇ ਅੱਜ ਜੇਕਰ ਮੇਨਸਟ੍ਰੀਮ ਨਾਲ ਅਸੀਂ ਗੱਲ ਕਰਦੇ ਆਂ ਤਾਂ ਕਹਿੰਦੇ ਨੇ ਯੂ ਪੀਪਲ ਆਰ ਨਾਟ ਲਾਇਲ ਆਮ ਸੌਰੀ ਟੂ ਯੂਜ਼ ਥੀਸ ਵਰਡਸ ਤੁਸੀਂ ਖਲੋਦੇ ਨਹੀਂ ਕਿਸੇ ਜਗ੍ਹਾ ਦੇ ਉੱਤੇ ਅੱਜ ਸਵੇਰੇ ਇੱਕ ਬੰਦੇ ਨਾਲ ਅਸੀਂ ਖਲੋ ਕੇ ਫੋਟੋਆਂ ਖਿਚਾ ਰਹੇ ਆਂ ਕਿਉਂਕਿ ਅੱਜ ਸੋਸ਼ਲ ਮੀਡੀਆ ਹੈ ਯੋਗੇ ਕੁਝ ਛੁਪਦਾ ਨਹੀਂ ਹੈਗਾ ਸ਼ਾਮ ਨੂੰ ਕਿਸੇ ਕਿਸੇ ਹੋਰ ਨੂੰ ਹਮਾਇਤ ਕਰ ਰਹੇ ਆਂ ਕਿੱਥੇ ਗਈ ਸਾਡੀ ਉਹ ਲਾਇਲਟੀ ਚਾਰ ਸਾਹਿਬਾਂ ਦੇ ਜ਼ਿਆਦਾ ਅਸੀਂ ਜ਼ਿਕਰ ਕਰਦੇ ਆਂ ਕੀ ਫਰਕ ਪੈਂਦਾ ਸੀ ਉਸ ਸਮੇ ਉਹ ਕਹਿ ਦਿੰਦੇ ਇੱਕ ਪਾਸੇ ਤੁਸੀਂ ਕਹਿੰਦੇ ਆ ਮਾਨਸਕੀ ਜਾਤ ਸਭੇ ਇੱਕ ਹੈ ਪਛਾਣ ਉਹਦਾ ਕਨਸੈਪਟ ਅਸੀਂ ਗੱਲ ਕਰਦੇ ਆ ਅਸੀਂ ਕਹਿੰਦੇ ਆ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਕਿ ਸਾਰੇ ਧਰਮ ਬਰਾਬਰ ਨੇ ਪਰ ਉਸ ਸਮੇ ਚਾਰ ਸਹਿਬਜ਼ਾਦੇ ਵੀ ਝੁੱਕ ਸਕਦੇ ਸੀ ਪਰ ਡ੍ਰਿੜ ਵਿਸ਼ਵਾਸ ਸੀ ਇਹ ਕੋਈ ਪ੍ਰਿੰਸੀਪਲ ਸੀ ਜਿਨ੍ਹਾਂ ਦੇਤੇ ਉਹ ਡਟੇ ਰਹੇ ਸੋ ਜੋਤ ਸਰੂਪ ਹਾਂ ਅਸੀਂ ਉਸ ਨੂੰ ਅਸੀਂ ਰਿਅਲਾਈਜ਼ ਕਰਕੇ ਜੇਕਰ ਪ੍ਰੈਕਟਿਸ ਨਹੀਂ ਕਰਾਂਗੇ ਤਾਂ ਫਿਰ ਸਮਾਗਮ ਸਿਰਫ ਸਮਾਗਮ ਹੀ ਰਹਿ ਜਾਣਗੇ ਪਰ ਯੂਥ ਨੂੰ ਉਸ ਇਨਸਪਾਇਰ ਨਹੀਂ ਕਰ ਸਕਾਂਗੇ ਆਪਣਾ ਮੂਲ ਪਛਾਣ ਹੁਣ ਮੂਲ ਕਿਵੇਂ ਪਛਾਣਿਆ ਜਾਏ ਮੂਲ ਤਾਂ ਤਦ ਹੀ ਪਛਾਣ ਸਿੱਖਨੇ ਜੇਕਰ ਸਾਨੂੰ ਪਤਾ ਹੋਵੇ ਅਸੀਂ ਹੈ ਕੌਣ ਜੇਕਰ ਅਸੀਂ ਅੱਜ ਲਿਫਟੇ ਪਏ ਆ ਅਸੀਂ ਆਪਣੇ ਆਪ ਨੂੰ ਫਸਾ ਲਿਆ ਉਹ ਚੀਜ਼ਾਂ ਦੇ ਵਿੱਚ ਜਿੱਤੋਂ ਕੋਈ ਗੁਰੂ ਸਾਨੂੰ ਕਹਿੰਦਾ ਦੂਰ ਰੋ ਤਾਂ ਫਿਰ ਪ੍ਰੋਗਰੈਸ ਕਿਵੇਂ ਕਰਾਂਗੇ ਸੋ ਉਸ ਕਰਕੇ ਸਾਨੂੰ ਅੱਜ ਜ਼ਰੂਰਤ ਹੈਗੀ ਹੈ ਕਿ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਚਲੀਏ ਮਾਈਂਡ ਬਾਡੀ ਸੋਲ ਦਾ ਕਨਸੈਪਟ ਦੀ ਅਸੀਂ ਗੱਲ ਕਰਦੇ ਹਾਂ ਅੱਜ ਮੈਂਟਲ ਹੈਲਥ ਕ੍ਰਾਈਸਿਸ ਦੁਨੀਆ ਭਰ ਦੇ ਵਿੱਚ ਸਾਨੂੰ ਜਕੜ ਰਿਹਾ ਹੈ ਕੋਈ ਵੀ ਕਮਿਊਨਿਟੀ ਬਚ ਨਹੀਂ ਰਹੀ ਤੇ ਜੇਕਰ ਅਸੀਂ ਆਪਣੇ ਨੂੰ ਬਚਾਣਾ ਹੈ ਤੇ ਆਪਣੇ ਮੂਲ ਨੂੰ ਪਛਾਣਾ ਪਏਗਾ ਮੂਲ ਨਾਲ ਜੁੜਨਾ ਪਏਗਾ ਐਂਡ ਕਿਹਾ ਜਾਂਦਾ ਵਾਟ ਏਵਰ ਇਜ਼ ਇਨ ਦਾ ਮਾਈਂਡ ਇਜ਼ ਸੀਨ ਇਨ ਯਰ ਬਾਡੀ ਆਲਸੋ ਇਹ ਅੱਜ ਸਾਇੰਸ ਪ੍ਰੂਫ ਕਰ ਰਹੀ ਹੈਗੀ ਅੱਜ ਜਿਹੜੀਆਂ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਉਹ ਸਾਡੇ ਮਾਨਸਿਕ ਜੋ ਸਾਡੇ ਪਹਿਲਾ ਦਿਮਾਗ ਦੇ ਵਿੱਚ ਉਹ ਚੀਜ਼ਾਂ ਆਈਆਂ ਜਿਹਦੇ ਕਾਰਨ ਉਹ ਸਾਨੂੰ ਬਿਮਾਰੀਆਂ ਜਟਕ ਰਹੀਆਂ ਜੜਕ ਰਹੀਆਂ ਨੇ ਭਾਵੇਂ ਉਹ ਕੈਂਸਰ ਤੇ ਭਾਵੇਂ ਕੋਈ ਹੋਰ ਬਿਮਾਰੀ ਇਹ ਸਾਇੰਸ ਕਹਿੰਦੀ ਅੱਜ ਪ੍ਰੂਫ ਕਰ ਰਹੀ ਏ ਪਰ ਗੁਰਬਾਣੀ ਵਿੱਚ ਬਹੁਤ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਜੇਕਰ ਮਨ ਨੂੰ ਸਮਝ ਜਾਵਾਂਗੇ ਜੋ ਉਪਦੇਸ਼ ਹੋ ਰਿਹਾ ਹੈ ਉਸ ਨੂੰ ਅਪਣਾਵਾਂਗੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ ਤਾਂ ਤਦ ਹੀ ਤਬਦੀਲੀ ਆਏਗੀ ਮਾਨਸ ਕੀ ਜਾਤ ਸਭੀ ਇੱਕ ਇੱਕ ਪਛਾਣ ਬੁਸੀ ਕਹਨੇ ਪਰ ਅੱਜ ਵੀ ਅਸੀਂ ਜਾਤ ਪਾਚ ਵੰਡੇ ਹੋਏ ਆਂ ਇਲੈਕਸ਼ਨਸ ਦੇ ਵਿੱਚ ਜੋ ਕੁਝ ਹੁੰਦਾ ਅਸੀਂ ਦੇਖਦੇ ਆ ਅਸੀਂ ਸਮਾਜ ਵਿੱਚ ਦੇਖਦੇ ਆ ਕੀ ਕੁਝ ਹੁੰਦਾ ਗੱਲਾਂ ਕਰਨੇ ਪਰ ਜਦੋਂ ਪ੍ਰੈਕਟਿਸ ਦੀ ਗੱਲ ਆਂਦੀ ਅਸੀਂ ਉਹੀ ਗੁਰੂ ਦੀ ਗੱਲ ਨੂੰ ਪਛਾੜ ਦਿੰਨੇ ਆ ਤੇ ਕਿਵੇਂ ਆਪਣੇ ਆਪ ਨੂੰ ਪਛਾਣ ਸਕਾਂਗੇ ਆਪਣੇ ਮੂਲ ਨੂੰ ਗੁਰੂ ਸਾਹਿਬ ਕਹਿੰਦੇ ਨੇ ਮਨ ਬਚ ਕਰਮ ਪ੍ਰਭ ਏਕ ਤੇ ਆਏ ਮਨ ਨਾਲ ਬਚਨ ਨਾਲ ਤੇ ਕਰਮ ਨਾਲ ਜਦੋਂ ਇਹ ਅਲਾਈਨਮੈਂਟ ਹੋਏਗੀ ਨਾ ਤਦ ਜਾ ਕੇ ਅਸੀਂ ਪ੍ਰਭ ਨੂੰ ਇਤਿਹਾਸਕਨੇ ਆ ਤੇ ਅੱਜ ਬਹੁਤ ਵਧੀਆ ਗੱਲ ਅੱਜ ਸਵੇਰੇ ਵਿੱਚ ਜਦੋਂ ਆ ਰਹੇ ਸੀ ਗੱਡੀ ਦੇ ਵਿੱਚ ਤੇ ਇੱਕ ਰੇਡੀਓ ਸਟੇਸ਼ਨ ਦੇ ਉੱਤੇ ਜਿੱਦੇ ਤੇ ਸਿਰਫ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਉੱਥੇ ਅਰਦਾਸ ਚੱਲ ਰਹੀ ਸੀ ਤਾਂ ਉੱਥੇ ਉਹਨਾਂ ਨੇ ਕਿਹਾ ਜੀ ਅੱਠ ਅਖੰਡ ਪਾਠ ਅੱਜ ਮੁਕੰਮਲ ਕੀਤੇ ਨੇ ਬਹੁਤ ਵਧੀਆ ਗੱਲ ਹੈ ਜੀ ਪਾਠ ਹੋਣਾ ਚਾਹੀਦਾ ਪਰ ਸਵਾਲ ਇਹ ਕਿ ਜੋ ਕਹਿ ਰਹੀ ਸੀ ਕਿ ਕਿਸ ਕਰਕੇ ਖੰਡ ਪਾਠ ਰੱਖੇ ਗਏ ਨੇ ਉਹ ਇੱਕ 트ਾਂਜੈਕਸ਼ਨਲ ਅਪਰੋਚ ਅਸੀਂ ਬਣਾ ਲਈ ਗੁਰਦੁਆਰੇ ਖਾਲੀ ਪਏ ਨੇ ਉੱਥੇ ਅਸੀਂ ਅਖੰਡ ਪਾਠ ਤਾਂ ਰਖਵਾ ਲਿਆ ਲੇਕਿਨ ਉੱਥੇ ਕੋਈ ਸਾਡੇ ਕੋਲ ਟਾਈਮ ਨਹੀਂ ਬੈਠ ਕੇ ਉਸ ਨੂੰ ਸੁਣਨ ਦਾ ਸੋ ਕੀ ਕੀਤਾ ਜਾਏ ਉਹਦੇ ਵਾਸਤੇ एको धर्म दृढ़े सच कोए सिखिज्म कोई इजम नहीं हैगा गुरु ने तो एक को ही कहया सी एको धर्म दृढ़े सच कोए सच ही ਸਾਡਾ ਧਰਮ ਹੈਗਾ ਤੇ ਸੱਚ ਨੂੰ ਜਦ ਤੱਕ ਸੀ ਨਹੀਂ ਅਪਣਾਉਂਦੇ ਤਾਂ ਫਿਰ ਅਸੀਂ ਅਜਾਈ ਹੀ ਜਿਸ ਤਰੀਕੇ ਨਾਲ ਅੱਜ ਅਸੀਂ ਖੱਜਲ ਖੁਆਰ ਹੋ ਰਹੇ ਹਾਂ ਇਸ ਤਰ੍ਹਾਂ ਹੀ ਕੰਮ ਚੱਲਦਾ ਰਹੇਗਾ ਪਰਪਸ ਕੀ ਹੈ ਸਾਡਾ ਜ਼ਿੰਦਗੀ ਦਾ ਇਹੇ ਸਰੀਰਾ ਮੇਰਿਆ ਇਸ ਜਗ ਮੇ ਆਏ ਕੇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੇ ਆਇਆ ਕੀ ਇਹ ਸਾਡਾ ਕਨਸੈਪਟ ਕਿੱਥੇ ਅਸੀਂ ਪੰਜਾਬ ਨੂੰ ਛੱਡ ਕੇ ਆ ਇਸ ਮੁਲਕ ਦੇ ਵਿੱਚ ਕਿਉਂਕਿ ਇਥੋਂ ਦਾ ਸਿਸਟਮ ਵਧੀਆ ਹੈ ਲੇਕਿਨ ਅੱਜ ਜੋ ਅਸੀਂ ਸਿਸਟਮ ਦਾ ਦੁਰਪਯੋਗ ਕਿੱਥੇ ਵੀ ਕਰ ਰਹੇ ਆ ਉਹ ਭਾਵੇਂ ਆਸਟ੍ਰੇਲੀਆ ਹੋਵੇ ਤੇ ਭਾਵੇਂ ਕੈਨੇਡਾ ਹੋਵੇ ਉਹ ਸਾਡੇ ਸਾਰੇ ਸਾਹਮਣੇ ਹੈਗਾ ਅੱਜ ਇੱਕ ਪੁਲਿਸ ਵਾਲਾ ਤੋਂ ਬਰਾਂਦਾ ਹੈ ਸਾਡੇ ਤੋਂ ਕਿਉਂਕਿ ਸਾਡੇ ਵਿਦਿਆਰਥੀ ਉਸ ਨੂੰ ਘੇਰ ਕੇ ਰੋਕ ਰਹੇ ਨੇ ਕਿਉਂਕਿ ਉਸਨੇ ਉਸ ਨੂੰ ਇੱਕ ਟਿਕਟ ਦਿੱਤੀ ਕਿ ਭਈ ਤੂੰ ਜਿਹੜੀ ਗੱਡੀ ਚਲਾ ਰਿਹਾ ਹੈ ਉਹਦੇ ਥੱਲੇ ਇੱਕ ਜਿਹੜਾ ਮਫਲਰ ਲੱਗਾ ਹੁੰਦਾ ਨੂੰ ਤੂੰ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਅਸੀਂ ਸਾਡੀ ਸੋਚ ਇਹ ਆ ਗਈ ਕਿ ਜਦੋਂ ਟਾਕ ਸ਼ੋਅ ਕਰਦੇ ਨੇ ਤੇ ਅਸੀਂ ਉਹਨਾਂ ਦੀ بجائے ਕਿ ਕਹੀਏ ਗਲਤ ਹੈ ਕਿਉਂਕਿ ਸਾਡੇ ਜ਼ਰੂਰਤ ਨਹੀਂ ਰਹਿ ਗਈ ਅਸੀਂ ਗਲਤ ਨੂੰ ਗਲਤ ਕਹਿੰਦਾ ਸਾਡੇ 'ਚ ਹਿੰਮਤ ਨਹੀਂ ਰਹਿ ਗਈ ਅਸੀਂ ਉਹਨਾਂ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੂਸਰੇ ਪਾਸੇ ਬ੍ਰਾਮਟਨ ਹੋਵੇ ਜਾਂ ਸਰੀ ਹੋਵੇ ਅੱਜ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆਜ਼ ਵਾਇਰਲ ਹੁੰਦੇ ਨੇ ਤੁਸੀਂ ਦੇਖਦੇ ਹੋ ਕੀ ਚੱਲ ਰਿਹਾ ਹੈ ਜੀ ਆਇਆਂ ਨੂੰ ਸਾਡੇ ਵਿਦਿਆਰਥੀ ਧਿਆਨ ਸਾਨੂੰ ਮਾਣ ਹੈ ਸਾਡੇ ਬਜ਼ੁਰਗਾਂ ਦੇ ਤੁਹਾਡੇ ਉੱਤੇ ਜਿਨ੍ਹਾਂ ਨੇ ਸਾਡੇ ਵਾਸਤੇ ਰਸਤੇ ਖੋਲੇ ਕਿ ਅੱਜ ਅਸੀਂ ਦਸਤਾਰ ਸਜਾ ਕੇ ਜਿੱਥੇ ਮਰਜ਼ੀ ਜਾਈਏ ਕੋਈ ਰੋਕ ਟੋਕ ਨਹੀਂ ਲੇਕਿਨ ਸਾਡਾ ਵੀ ਕੁਝ ਫਰਜ਼ ਬੰਦਾ ਹੈ ਸਾਡੀ ਕੋਈ ਰਿਸਪੌਂਸਿਬਿਲਟੀ ਹੈਗੀ ਇਸ ਦੇਸ਼ ਵਿੱਚ ਆ ਕੇ ਕਿ ਜੇਕਰ ਸਿਸਟਮ ਦਾ ਕਾਨੂੰਨ ਜੋ ਸਾਡੇ ਵਾਸਤੇ ਸਭ ਵਾਸਤੇ ਬਰਾਬਰ ਹੈ ਅਸੀਂ ਕਿਉਂ ਉਸ ਦਾ ਦੁਰਉਪਯੋਗ ਕਰ ਰਹੇ ਹਾਂ ਕਿੰਨੀ ਕੁ ਧੇਰ ਉਹ ਚੱਲ ਸਕੇਗਾ ਹਾਉ ਲੌਂਗ ਵਿਦ ਦ ਸਿਸਟਮ ਬੀ ਤੇ ਸਿਸਟਮ ਨੂੰ ਹੀ ਤੇ ਅਸੀਂ ਖਰਾਬ ਸੀ ਇੰਡੀਆ ਛੱਡ ਕੇ ਆਏ ਇੱਥੇ ਇਹ ਕਿ ਵੀ ਸਿਸਟਮ ਚੰਗਾ ਹੈ ਉੱਥੇ ਵੀ ਚੰਗੇ ਪਹਾੜ ਨੇ ਇੰਡੀਆ ਦੇ ਵਿੱਚ ਕਸ਼ਮੀਰ ਚਲੇ ਜਾਓ ਕਹਿੰਦੇ ਨਹੀਂ ਜੰਨਤ ਹੈ ਇੱਥੇ ਵੀ ਉਹੀ ਸਭ ਕੁਝ ਹੈ ਲੇਕਿਨ ਜਦੋਂ ਸਿਸਟਮ ਦੇ ਵਿੱਚ ਖਰਾਬੀ ਆਏਗੀ ਜੇਕਰ ਅਸੀਂ ਨਹੀਂ ਬੋਲਾਂਗੇ ਸਿਰਫ ਤਕਰੀਰਾਂ ਤੱਕ ਹੀ ਸੀਮਤ ਰਹਿ ਜਾਾਂਗੇ ਤਾਂ ਫਿਰ ਇਹ ਖਰਾਬੀ ਸਾਡੀ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਪਛਾਣ ਨਹੀਂ ਸਕਰੇ ਸਾਡੇ ਚੋਂ ਹਿੰਮਤ ਨਹੀਂ ਰਹਿ ਗਈ ਅੱਜ ਜੇ ਕਹਨੇ ਜੀ ਸਾਡੇ ਬੱਚੇ ਗਲਤ ਰਾਹ ਤੇ ਤੁਰ ਰਹੇ ਨੇ ਗੈਂਗਸ ਵਾਇਲੈਂਸ ਦੇ ਵਿੱਚ ਸਾਡਾ ਨਾਂ ਸਭ ਤੋਂ ਅੱਗੇ ਆ ਰਿਹਾ ਕਿਉਂ ਨਾ ਗੱਲ ਕਰੀਏ ਉਸ ਦੀ ਸਾਡੇ ਗੁਰੂ ਦੀ ਲੇਗਸੀ ਮਹਾਨ ਹੈ ਲੇਕਿਨ ਉਸੇ ਲੇਗਸੀ ਨੂੰ ਅੱਗੇ ਜੇ ਕੰਟੀਨਿਊ ਕਰਨਾ ਹੈ ਵੀ ਹੈਵ ਟੂ ਟਾਕ ਔਨ ਦੋਜ਼ ਇਸ਼ੂਜ਼ ਵਿਚ ਮੈਟਰ ਟੂ ਅਸ ਟੂਡੇ ਜਿਹੜੇ ਸਾਡੇ ਨਾਲ ਅੱਜ ਜੁੜੇ ਹੋਏ ਨੇ ਸਰੇ ਆਮ ਬੱਚੇ ਡਰੱਗਸ ਖਾ ਰਹੇ ਨੇ ਸਰੇ ਆਮ ਬੱਚੇ ਗੈਂਗਸ ਦੇ ਜਾ ਰਹੇ ਨੇ ਸਕੂਲਸ ਦੇ ਬਾਹਰ ਡਰੱਗਸ ਵਿਕਰੀਆਂ ਨੇ ਕਿੰਨੇ ਕੁ ਸਿਆਸਤਦਾਨਾਂ ਨੂੰ ਤੁਸੀਂ ਪੁੱਛਿਆ ਜਾਂ ਮੈਂ ਪੁੱਛਿਆ ਕਿ ਜੀ ਕਿਉਂ ਨਹੀਂ ਰੋਕ ਲਾਂਦੇ ਉੱਥੇ ਪ੍ਰੋਵਿੰਸ਼ੀਅਲ ਮਿਊਨਿਸਪਲ ਤੇ ਫੈਡਰਲ ਦੀ ਗੱਲ ਆ ਜਾਂਦੀ ਏ ਪਰ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਉਹਨਾਂ ਨੂੰ ਸਾਡੇ ਛੇਮਤ ਨਹੀਂ ਹੈਗੀ ਕਿ ਅਸੀਂ ਉਹਨਾਂ ਨਾਲ ਗੱਲ ਕਰ ਸਕੀ ਕਿਉਂਕਿ ਸਾਡਾ ਸਿਰਫ ਫਰਜ਼ ਰਹਿ ਕੇ ਕਿ ਅਸੀਂ ਪਿਕਚਰ ਤੱਕ ਸੀਮਤ ਰਹਿ ਜਾਈਏ ਸੋ ਇਸ ਸਮੇਂ ਜਿਹੜੀ ਮੈਂ ਗੱਲ ਕੀਤੀ ਸੀ ਮਨ ਨੂੰ ਸਮਝਣ ਦੀ ਉਸ ਵਾਸਤੇ ਸਾਨੂੰ ਕੁਝ ਕਰਨਾ ਪਏਗਾ ਐਨ ਅਫਰਮੇਸ਼ਨਸ ਅਤੇ ਨਾਲ ਉਸਦੇ ਸਾਨੂੰ ਵਿਜੂਅਲਾਈਜੇਸ਼ਨ ਦੇ ਰਾਹੀਂ ਅਸੀਂ ਕਰ ਸਕਨੇ ਆ ਪਾਠ ਕੀਏ ਪਾਠ ਇੱਕ ਪੋਜ਼ਿਟਿਵ ਅਫਰਮੇਸ਼ਨਸ ਹੈਗੀਆਂ ਨੇ ਉਹਨਾਂ ਨੂੰ ਜਦੋਂ ਅਸੀਂ ਅਪਣਾਵਾਂਗੇ ਆਪਣੇ ਜੀਵਨ ਦੇ ਵਿੱਚ ਤਾਂ ਡੈਫੀਨਿਟਲੀ ਅਸੀਂ ਰਿਲੈਕਸ ਹੋ ਸਕਾਂਗੇ ਜਦੋਂ ਰਿਲੈਕਸ ਮਾਈਂਡ ਹੋਏਗਾ ਤੇ ਬਾਣੀ ਇੱਕ ਜ਼ਰੀਆ ਹੈ ਇੱਕ ਜੀਵਨ ਜਾਂਚ ਹੈ ਜਦੋਂ ਕੋਈ ਚੀਜ਼ ਅਸੀਂ ਘਰ ਲੈ ਕੇ ਆਨੇ ਤੇ ਨਾਲ ਇੱਕ ਮੈਨੂਅਲ ਆਂਦਾ ਹੈ اسی ਤਰੀਕੇ ਨਾਲ ਸਾਨੂੰ ਜ਼ਿੰਦਗੀ ਦਾ ਮੈਨੂਅਲ ਮਿਲਿਆ ਗੁਰੂ ਗ੍ਰੰਥ ਸਾਹਿਬ ਜਾਂ ਗੀਤਾ ਜਾਂ ਕੁਰਾਨ ਉਹ ਸਾਨੂੰ ਦੱਸਦੇ ਨੇ ਸਾਡੇ ਮਾਰਗਦਰਸ਼ਕ ਨੇ ਆਵਸਰ ਮੱਥਾ ਟੇਕਣ ਤੱਕ ਸੀਮਤ ਨਾ ਰੱਖੀਏ ਉਸ ਨੂੰ ਅਪਣਾ ਕੇ ਆਪਣੇ ਜੀਵਨ ਵਿੱਚ ਇਫ ਯੂ ਰੀਅਲੀ ਵਾਂਟ ਟੂ ਇਨਸਪਾਇਰ ਆ ਯੰਗਸਟਰਸ ਵੀ ਹੈਵ ਟੂ ਬਿਕਮ ਦ ਰੋਲ ਮਾਡਲਸ ਆਰ ਗੁਰੂਸ ਵਰ ਰੋਲ ਮਾਡਲਸ ਬਟ ਹਾਊ ਇਜ਼ ਇਟ ਦੈਟ ਵੀ ਬ੍ਰਿੰਗ ਇਨ ਦੈਟ ਕਾਈਂਡ ਆਫ ਐਟੀਟਿਊਡ ਦੈਟ ਕਾਈਂਡ ਆਫ ਸਪਿਰਿਟ ਸੋ ਦੈਟ ਇਹ ਸਭ ਕੁਝ ਚੱਲਦਾ ਰਹੇ ਬਹੁਤ ਬਹੁਤ ਧੰਨਵਾਦ ਸੁਖੀ ਬਾਜੀ ਤੇ ਮੁਬਾਰਕਬਾਦ ਤੁਸੀਂ ਉਪਰਾਲਾ ਕੀਤਾ ਹੈ ਅਗੇਨ ਇਹੀ ਬੇਨਤੀ ਕਰਦੇ ਆ ਕਿ ਅਗਲੀ ਵਾਰ ਜਦੋਂ ਆਏ ਤੇ ਆਪਣੇ ਨਾਲ ਐਟ ਲੀਸਟ ਇੱਕ ਇੱਕ ਬੰਦਾ ਕਮਿਊਨਿਟੀ ਚ ਲੈ ਕੇ ਆਈਏ ਅਸੀਂ ਜਿਹੜੇ ਆਲਰੇਡੀ ਹਰ ਚੀਜ਼ ਜਾਣਦੇ ਆ ਉਸ ਦੇ ਨਾਲ ਨਾਲ ਜੇਕਰ ਹੋਰ ਸਮਾਜ ਦੇ ਵਿੱਚ ਅਸੀਂ ਜੋੜਾਂਗੇ ਤਾਂ ਡੈਫੀਨਿਟਲੀ ਚੇਂਜ ਆਏਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਕੁਝ ਗਲਤ ਕਿਹਾ ਗਿਆ ਹੋ ਕਿਸੇ ਦੇ ਸੈਂਟੀਮੈਂਟ ਹਰਟ ਕੀਤੇ ਹੋਣ ਉਸ ਲਈ ਮੈਂ ਖਿਮਾ ਚਾਹ ਜਗਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ